ਸਤਿ ਸ਼੍ਰੀ ਅਕਾਲ ਜੀ। ਆਸਟ੍ਰੇਲੀਆ ਦਾ ਵੀਜ਼ਾ ਇਸ ਟਾਈਮ ਆ ਰਿਹਾ ਔਰ ਬਹੁਤ ਅੱਛੀ ਤਰ੍ਹਾਂ ਆ ਰਿਹਾ। ਪਹਿਲੇ ਬਹੁਤ ਰਿਜੈਕਸ਼ਨ ਦਿੱਤੀ ਆਸਟ੍ਰੇਲੀਆ ਅੰਬੈਸੀ ਨੇ, ਬੱਚੇ ਬਹੁਤ ਡਰ ਜਾਂਦੇ ਆ ਨੋ ਡਾਊਟ, ਕਿਉਂਕਿ ਪਤਾ ਨਹੀਂ ਚੱਲਦਾ ਕਿ ਕਿਸ ਟਾਈਮ ਵੀਜ਼ਾ ਦੇਣਗੇ ਕਿਸ ਟਾਈਮ ਨਹੀਂ। ਪਰ ਵੀ ਆਰ ਲੱਕੀ ਕਿ ਸਾਡੇ ਜਿਹੜੇ 21 ਪਾਸ ਆਊਟ ਬੱਚਿਆਂ ਦੇ ਵੀ ਵੀਜ਼ੇ ਦਿੱਤੇ, ਰਿਜੈਕਸ਼ਨ ਵਾਲਿਆਂ ਦੇ ਵੀ ਵੀਜ਼ੇ ਆਏ ਆ ਔਰ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਬੱਚਿਆਂ ਦੇ ਵੀਜ਼ੇ ਆ। ਇਹਨਾਂ ਦੇ ਵਿੱਚ ਇੱਕ ਦੋ ਵੀਜ਼ੇ ਜਿਹੜੇ ਆ ਉਹ ਰਿਜੈਕਸ਼ਨ ਵਾਲੇ ਵੀ ਆਏ ਆ। ਇਸ ਕਰਕੇ ਤੁਸੀਂ ਡਰੋ ਨਾ, ਆਸਟ੍ਰੇਲੀਆ ਅਪਲਾਈ ਕਰੋ। ਨੋ ਡਾਊਟ ਗੈਪ ਬਹੁਤ ਜ਼ਿਆਦਾ ਨਹੀਂ ਚਾਹੀਦਾ, ਬਟ 21 ਪਾਸ ਆਊਟ ਜਿਹੜੇ ਆ ਉਹਨਾਂ ਦੇ ਵਾਸਤੇ ਲਾਸਟ ਟਾਈਮ ਹੈ ਅਪਲਾਈ ਕਰਨ ਦਾ। ਸੋ ਬੈਸਟ ਆਫ ਲੱਕ, ਪਲੀਜ਼ ਅਪਲਾਈ ਜ਼ਰੂਰ ਕਰੋ। ਥੈਂਕ ਯੂ ਸੋ ਮਚ।